ਮੱਤਰ ਕਰੈਕ ਮਹਿਕਮੇ ਗਰੁੱਪ ਨੂੰ ਸਪੋਰਟ ਕਰਦਾ ਲਵੀ ਰੰਧਾਵੇ ਸਾਰੇ ਭਰਾ ਆਪਣੇ ਰੰਧਾਵਾ ਸਾਹਿਬ ਜਿਹੜੇ ਮੇਰੇ ਕੋਲ ਟਰੈਕਟਰ ਸੀ ਉਹ ਖਤਮ ਹਾਂਜੀ ਗਿੱਲੀ ਨੇ ਟਰੈਕਟਰ ਰਹਿ ਗਏ ਹੁਣ ਚਾਰ ਚਾਰ ਹੋਰ ਰਹਿੰਦੇ ਆ ਦੋ ਘੱਟਰ ਮੱਤਰ ਕਰੈਕ ਮਹਿਕਮੇ ਵਾਲਿਆਂ ਦੇ ਆ ਤੇ ਦੋ ਹੋਰ ਧਰੂਤਾਰਾ ਇੱਥੇ ਦਿਸਣਾ ਰੰਗੀਲਾ ਸਾਹਿਬ ਪਰ ਹਵਾ ਦੇ ਕਿੰਨੀ ਵਧੀਆ ਚੱਲਦੀ ਆ ਮੌਸਮ ਬਹੁਤ ਵਧੀਆ ਹੋ ਗਿਆ ਚੰਦਰਮਾ ਵੀ ਆ ਉਹ ਦੇਖ ਲਓ ਸਾਹਮਣੇ ਆ ਜਿਹੜੇ ਲਾਈਵ ਦੇਖਦੇ ਹੋਣੇ ਆ ਉਹ ਕਹਿੰਦੇ ਹੋਣੇ ਧੰਨ ਦੇ ਬੰਦੇ ਆਏ ਆ ਧੰਨ ਦੀ ਇੱਕ ਵਜੇ ਤੋਂ ਸਟਾਰਟ ਹੋ ਕੇ ਕਈ ਵਾਰ ਸਾਨੂੰ ਰਾਤ ਦਾ ਇੱਕ ਵੀ ਬਚ ਜਾਂਦਾ ਭਲਵਾਨਾ ਇਹ ਟਰੈਕਟਰਾਂ ਦਾ ਖੇਡ ਮੇਲਾ ਮਾੜੇ ਮੋਟੇ ਬੰਦੇ ਦਾ ਹੱਥ ਖੜੇ ਕਰ ਜਾਂਦੇ ਹੈ ਪਰ ਫਿਰ ਵੀ ਗੁਰਜੀਤ ਭਰਾ ਆ ਸਾਡਾ ਸਾਹਮਣੇ ਹੁਣੀ ਲਵੇ ਮਿੱਤਰਾ ਕਿਹਾ ਸੀ ਵੀ ਕਸਰ ਨਹੀਂ ਛੱਡਾਂਗੇ ਕੋਈ ਵੀ ਇਕਹੱਤਰ ਬਹੱਤਰ ਕ੍ਰੈਕ ਮਹਿਕਮਾ ਸਰਤਾਜ ਸਰਤਾਜ ਪਾਇਲਟ ਸਾਹਿਬ ਆ ਜਾਓ ਹੁਣ ਆਪਾਂ ਟਰੈਕ ਰੈਡੀ ਹੋਣ ਡਿਆ ਲਓ ਬਈ ਤਵੀਆਂ ਪਾ ਕੇ ਆ ਜਾਈਏ ਹੁਣ ਇੱਕ ਜਾਣਕਾਰੀ ਦੇ ਦਈਏ ਕੱਲ ਕ ਪਰਸੋਂ ਮੈਨੂੰ ਫੋਨ ਆਇਆ ਪੁਰਤਕਾਲ ਤੋਂ ਪੁਰਤਕਾਲ ਦੇ ਵਿੱਚੋਂ ਫੋਨ ਕਿਹਦਾ ਆਇਆ ਰੰਧਾਵਾ ਸਾਹਿਬ ਜਸਵੀਰ ਸਿੰਘ ਘੁੱਗ ਬੋਪਾ ਰਮਾਂ ਵਾਲਿਆਂ ਦਾ ਜਿਨ੍ਹਾਂ ਨੇ ਇਹ ਗੱਲ ਕਹੀ ਸੀ ਕਿ ਰੰਧਾਵਾ ਤੇ ਰੰਗੀਲਾ ਸਾਡੇ ਪੁੱਤਾਂ ਵਰਗੇ ਆ ਆਪਾਂ ਸਾਰੇ ਭਰਾਵਾਂ ਨੂੰ ਜਾਣਕਾਰੀ ਦੇ ਦਈਏ ਜਸਵੀਰ ਸਿੰਘ ਘੁੱਗ ਬੋਪਾ ਰਮਾਂ ਵਾਲਾ ਸਾਬਕਾ ਕਬੱਡੀ ਖਿਡਾਰੀ ਬੋਪਾ ਰਮਾਂ ਵਾਲੇ ਸ਼ਿੰਦਰ ਦਾ ਚਾਚਾ ਆ ਜਿਹਦੇ ਵੱਲੋਂ ਪਿਆਰ ਭਰੇ ਸੱਦੇ ਆ 17 ਮਈ ਨੂੰ ਪਿੰਡ ਬੋਪਾ ਰਮਾਂ ਦੇ ਵਿੱਚ ਅਤੇ ਘੁੱਗ ਚਾਚੇ ਨੇ ਰੰਧਾਵੇ ਇਹ ਵੀ ਗੱਲ ਕਹੀ ਆ ਜੇ ਪੁਰਤਕਾਲ ਦੇ ਵਿੱਚ ਕਿਸੇ ਭਰਾ ਨੂੰ ਕੋਈ ਪ੍ਰੋਬਲਮ ਪੈਂਦੀ ਹੈ ਤੇ ਸਾਨੂੰ ਦੱਸ ਸਕਦੇ ਆ ਇਹ ਸਾਡੇ ਜਸਵੀਰ ਸਿੰਘ ਜੀ ਘੁੱਗ ਸਾਹਿਬ ਬੋਪਾ ਰਮਾਂ ਵਾਲਿਆਂ ਨੇ ਸਪੈਸ਼ਲ ਗੱਲ ਕਹੀ ਸੀ ਉੱਥੇ ਉਹਨਾਂ ਨੇ ਇੱਕ ਗਰੁੱਪ ਬਣਾਇਆ ਆ ਪੁਰਤਕਾਲ ਦੇ ਵਿੱਚ ਜੇ ਕਿਸੇ ਭਰਾ ਨੂੰ ਕੋਈ ਪ੍ਰੋਬਲਮ ਪੈਂਦੀ ਆ ਤੇ ਉਹ ਸ਼ਿੰਦਰ ਨੂੰ ਫੋਨ ਕਰ ਸਕਦਾ ਜਾਂ ਸਾਨੂੰ ਫੋਨ ਕਰਕੇ ਕਹਿ ਸਕਦਾ ਕਿ ਰੰਗੀਲੇ ਭਾਜੀ ਆਹ ਪ੍ਰੋਬਲਮ ਆ ਤੇ ਅਸੀਂ ਉਹਦਾ ਹੱਲ ਕਰ ਸਕਦੇ ਹਾਂ ਇਹ ਸਪੈਸ਼ਲ ਕਿਹਾ ਸੀ ਘੁੱਗ ਚਾਚੇ ਨੇ ਕਿ ਤੁਸੀਂ ਲੌਸਮੈਂਟ ਕਰਨੀ ਰੰਧਾਵਿਆ ਕਰਦੇ ਗੱਲ ਉੱਧਰ ਦੀਪੂ ਅੰਬਾਲਾ ਜੱਟਾਵਾਲਾ ਦੀਪੂ ਅੰਬਾਲਾ ਜੱਟਾਵਾਲਾ ਭਰਾ ਆ ਕਹਿੰਦਾ 13 ਜੂਨ ਪੰਡੋਰੀ ਫੰਗੂੜਿਆਂ ਦੇ ਖੇਡ ਮੇਲੇ ਤੇ ਢਾਹੇ ਵਾਲੇ ਸੁੱਖੇ ਦਾ ਜਿਹੜਾ ਆਪਾਂ 2100 ਨਾਲ ਸਨਮਾਨ ਕਰਾਂਗੇ ਦੀਪੂ ਅੰਬਾਲਾ ਜੱਟਾ ਕਬੱਡੀ ਖੇਡੀ ਆਪਣੇ ਟਾਈਮ 'ਚ ਭਰਾ ਨੇ ਅੰਬਾਲਾ ਜੱਟਾ ਪਿੰਡ ਵਾਲਾ ਦੀਪੂ ਉਹ ਵੀ ਭਰਾ ਉਸ ਵੀਰ ਦਾ ਵੀ ਧੰਨਵਾਦ ਕਰਦੇ ਹਾਂ ਅਤੇ ਨੋਟ ਕਰ ਲਓ 17 ਮਈ ਬੋਪਾ ਰਾਏ ਪਿੰਡ ਦੇ ਵਿੱਚ ਰੌਣਕਾਂ ਆ ਉੱਧਰ ਲੱਲੀਆਂ ਵਾਲਾ ਸਾਬਾ ਭਰਾ ਸਾਡਾ ਕਹਿੰਦਾ ਆਪਣੇ ਪਿੰਡ ਵਾਲਿਆਂ ਨੂੰ ਖਾਸ ਤੌਰ 'ਤੇ ਸਾਰਿਆਂ ਨੂੰ ਜੇ ਕਿਸੇ ਦਾ ਨਾਮ ਨਹੀਂ ਵੀ ਬੋਲਿਆ ਗਿਆ ਅਤੇ ਸਾਡੇ ਵੱਲੋਂ ਸੌਰੀ ਆ ਜੇ ਕੋਈ ਰਹਿ ਗਿਆ ਨਾਮ ਪਰ ਇਹ ਖੇਡ ਮੇਲਾ ਤੁਹਾਡਾ ਸਾਰਿਆਂ ਦਾ ਹੀ ਆ ਲੱਲੀਆਂ ਪਿੰਡ ਦੇ ਸਾਰੇ ਨਗਰ ਨਿਵਾਸੀਆਂ ਦਾ ਜੇ ਕਿਸੇ ਦਾ ਨਾਮ ਬੋਲਣ ਤੋਂ ਰਹਿ ਵੀ ਗਿਆ ਹੋਵੇ ਇਹ ਸਾਰੇ ਨਗਰ ਨਿਵਾਸੀਆਂ ਦਾ ਖੇਡ ਮੇਲਾ ਲੱਲੀਆਂ ਪਿੰਡ ਵਾਲਿਆਂ ਦਾ ਇਸ ਇਲਾਕੇ ਨੇ ਜਿਹੜੀ ਸਪੋਰਟ ਕੀਤੀ ਉਹਨਾਂ ਦਾ ਖੇਡ ਮੇਲਾ ਟਰੈਕਟਰਾਂ ਵਾਲਿਆਂ ਨੂੰ ਵੀ ਸਾਬਾ ਕਹਿੰਦਾ